ਕੀ ਫਤਿਹ ਤੇ ਪਿੰਡ ਮਾਣੂ ਦੇ ਧਰਤਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਦਾ ਜਨਮ ਨਗਰ ਭਾਗਾ ਵਾਲਾ ਪਿੰਡ ਹੈ, ਜਿਹੜੇ ਪਿੰਡ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਚਰਨ ਸੋਹ ਪ੍ਰਾਪਤ ਕੀਤੀ ਹੈ, ਉਹਨਾਂ ਨੇ ਚਰਨ ਮੁਬਾਰਕ ਪਾਏ ਹੈ, ਜਿੱਥੇ ਬਾਬਾ ਜੀ ਨੇ ਜਨਮ ਧਾਰਿਆ। ਅੱਜ ਉਸ ਸਥਾਨ ਦਾ ਲੈਂਟਰ ਪਿਆ, ਤੁਸੀਂ ਦੂਰੋਂ ਨੇੜੋਂ ਸੰਗੀ ਸਾਥੀ ਸੰਗਤਾਂ ਬਹੁਤ ਆਏ ਹੋ, ਮਾਈ ਭਾਈ ਸਾਰੇ। ਬਾਬਾ ਜੀ ਨੇ ਕਿੰਨੀ ਵੱਡੀ ਮਿਹਰ ਕੀਤੀ ਹੈ, ਦੇਖੋ ਅੱਗੇ ਅਸੀਂ ਸੋਚਦੇ ਸੀ ਵੀ ਲੈਂਟਰ ਮਾ 13 ਮੰਜ਼ਲੇ ਸਥਾਨ 'ਤੇ ਬਾਬਾ ਜੀ ਸਾਡਾ ਸੈਕਟਰੀ ਹਰਮਾਨ ਸਿੰਘ ਕਹਿਣ ਲੱਗਿਆ ਵੀ 3-4 ਵਜੇ ਨੂੰ ਪਾ ਦਿੰਦੇ ਸੀ ਆਪਾਂ, ਅਤੇ ਇਹ ਬਾਬਾ ਜੀ ਨੇ ਉਸ ਨੂੰ ਵੀ ਮਿਹਰ ਕਰਤੀਆਂ। 1 ਵਜੇ ਲੈਂਟਰ ਪੈ ਗਿਆ, 1011 ਤੋਂ ਓਰੀਜਨਲ ਲੈਂਟਰ 1 ਵਜੇ ਨੂੰ, ਨਾਲੇ ਪਰਮਾਤਮਾ ਨੇ ਕੱਲ ਹੀ ਅਸੀਂ ਬਾਬੇ ਕੇ ਮਾਣੂ ਗੰਜ ਸੰਗਤ ਬੈਠੀ ਸੀ, ਉੱਥੇ ਗੱਲ ਚੱਲਦੀ ਸੀ ਬਈ ਗਰਮੀ ਹੈ, ਸਰਦਾਰ ਮੋਹਨ ਸਿੰਘ ਉਹਨਾਂ ਦੇ ਉੱਤੇ ਚਾਨਣੀ ਲਾਈ ਹੋਈ ਸੀ, ਕਹਿੰਦੇ ਵੀ ਤੁਹਾਨੂੰ ਉੱਥੇ ਪਹਾਉਣਾ ਹੈ, ਅਤੇ ਅਸੀਂ ਆਖਿਆ ਵੀ ਸ਼ਾਇਦ ਬਾਬਾ ਜੀ ਠੰਡ ਹੀ ਕਰਦੇ ਹਨ, ਅਤੇ ਬਾਬਾ ਜੀ ਨੇ ਕਿੰਨੀ ਮਿਹਰ ਕੀਤੀ ਹੈ, ਕਹੇ ਦਾ ਠੰਡਾ ਮੌਸਮ ਸੰਗਤ ਨੂੰ ਭੋਲਾ ਗਰਮੀ ਨਹੀਂ ਲੱਗੀ ਅਤੇ ਲੈਂਟਰ ਪੈ ਗਿਆ। ਇਹ ਜਿਹੜਾ ਲੈਂਟਰ ਇਹ ਸਥਾਨ ਮੈਂ ਤੁਹਾਨੂੰ ਕੀ ਦੱਸਾਂ, ਕਿਤੇ ਭਾਗਾਂ ਵਾਲੀ ਸੰਗਤ ਹੈ, ਸਰਦਾਰ ਮੋਹਨ ਸਿੰਘ, ਗੁਰਵਚਨ ਸਿੰਘ ਧਨੀ, ਸਰਦਾਰ ਗੁਰਮੇਲ ਸਿੰਘ, ਇੱਕ ਹੋਰ 4 ਭਰਾ ਜਿਨ੍ਹਾਂ ਨੇ ਜਗ੍ਹਾ ਛੱਡੀ ਸੀ, ਇਹ ਭਾਈ ਜਿਨ੍ਹਾਂ ਦੀ ਜਗ੍ਹਾ ਉਹ ਭਾਗਾਂ ਵਾਲੀ ਸੰਗਤ ਹੈ। ਪਤਾ ਨਹੀਂ ਕਿੰਨੀ ਦੁਨੀਆ ਨੇ ਇੱਥੇ ਲਾਹਾ ਲੈਣਾ, ਬਾਬਾ ਜੀ ਕਿਰਪਾ ਕਰਦੇ ਸੀ ਜਿੱਥੇ ਬੈਠਣ ਸਾਧ ਜਾਣ, ਸੋ ਥਾਨ ਸਹੰਦਾ ਸੇਵਨ ਸਮਰੱਥ ਆਪਣੇ ਪਿੰਡ ਤੇ ਸਭ ਮੰਦਾ, ਜਿੱਥੇ ਜਾਏ ਮਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਣ ਮੁੱਖ ਲਾਵਾ। ਇਹ ਜਿਹੜਾ ਸਥਾਨ ਬਣ ਰਿਹਾ ਇਹ ਗੁਰੂ ਗ੍ਰੰਥ ਸਾਹਿਬ ਵਾਸਤੇ ਬਣ ਰਿਹਾ, ਕਲਗੀਆਂ ਵਾਲੇ ਗੁਰੂ ਵਾਸਤੇ ਬਣ ਰਿਹਾ, ਉਹਨਾਂ ਦੇ ਚਰਨ ਮੁਬਾਰਕ ਪੈਣਗੇ, ਇਹ ਜਗ੍ਹਾ ਭਾਗਾਂ ਵਾਲੀ ਹੋਵੇਗੀ। ਤੁਸੀਂ ਸੰਗਤਾਂ ਇੱਥੇ ਅਰਦਾਸਾਂ ਬੇਨਤੀਆਂ ਕਰੋਗੇ ਤਾਂ ਗੁਰੂ ਸਾਹਿਬ ਤੁਹਾਡੇ ਤੇ ਮਿਹਰ ਦੀ ਨਜ਼ਰ ਕਰਨਗੇ। ਇਸ ਲਈ ਭਾਗਾਂ ਵਾਲੀ ਇਹ ਜਗ੍ਹਾ ਗੁਰਮੁਖ ਪਿਆਰਿਓ, ਸਾਡੇ ਸਤਿਕਾਰਯੋਗ ਬਾਬਾ ਜੋਗਾ ਸਿੰਘ ਜੀ ਕਰਨਾਲ ਤੋਂ ਆਏ ਹੈ, ਭਾਈ ਨਵਿੰਦਰ ਸਿੰਘ ਵੀ ਆ ਕੇ ਗਏ ਹੈ, ਸਾਡੇ ਆਗਿਆ ਪਾਤ ਜੀ ਹੁਣ ਆਏ ਹੈ 1 ਵਜੇ, ਇਹ ਕਹਿੰਦੇ ਮੇਰਾ ਫੁਰਨਾ ਬਣਿਆ ਵੀ ਬਾਬਾ ਜੀ ਮੈਂ ਸਮੋਸੇ ਹੀ ਲੈ ਚੱਲਾਂ, ਬਣਾ ਕੇ ਠੰਡ ਹੋ ਗਈ, ਇਹ ਸਮੋਸੇ ਲੈ ਕੇ ਹੁਣ ਪਹੁੰਚੇ ਹੈ। ਮੋਹਨ ਤੋਂ ਉਹਨਾਂ ਨੇ ਜਲੇਬੀਆਂ ਦਾ ਲੰਗਰ ਲਾਇਆ,
ਕਿਸੇ ਨੇ ਭਾਈ ਹਰਸਿਮ ਕੌਰ ਸੋਹਣੀ ਜ਼ਮੀਨ ਦਾ ਲੰਗਰ ਲਾਇਆ ਪਿੰਡ ਵਾਲਿਆਂ ਨੇ, ਕਿਸੇ ਨੇ ਚਾਹ ਦਾ ਲੰਗਰ ਲਾਇਆ, ਕਿੰਨੇ ਲੰਗਰ ਲਾਏ ਆ। ਇਹ ਸਭ ਗੁਰੂ ਦੀ ਕਿਰਪਾ, ਇਹ ਬਾਬਾ ਜੀ ਦੀ ਕਿਰਪਾ। ਬਾਬਾ ਜੀ ਕਹਿੰਦੇ ਸੀ ਭਾਈ ਭਾਗਾਂ ਵਾਲਿਆਂ ਦੇ ਹਿੱਸੇ ਵਿੱਚ ਸੇਵਾ ਆਉਂਦੀ ਹੈ, ਗੁਰ ਸੇਵਾ ਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗਾ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਸ ਨਾ ਵਸਾਏ, ਹਰ ਸੇਤੀ ਮਨ ਰਵ ਰਿਹਾ, ਸੱਜੇ ਰਿਹਾ ਸਮਾਏ, ਨਾਨਕ ਹਉ ਮਲਿਹਾਰੀ ਤਿੰਨ ਕੋ, ਜੋ ਚੱਲਣ ਸਤਿਗੁਰ ਭਾਏ। ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਨੇ। ਦੇਖੋ ਸਾਨੂੰ ਤਾਂ ਇਹ ਜਗ੍ਹਾ ਦਾ ਹੀ ਨਹੀਂ ਸੀ ਪਤਾ, ਡੇਢ ਸਾਲ ਆ ਸਾਡਾ ਮੁੰਡਾ ਸਾਨੂੰ ਕਹਿੰਦਾ ਰਿਹਾ ਦਿੱਲੀ, ਬਾਬਾ ਜੀ ਉਹ ਭਾਈ ਜਗ੍ਹਾ ਦੇਣ ਨੂੰ ਤਿਆਰ ਹੈ, ਤੁਸੀਂ ਉਹ ਜਗ੍ਹਾ ਨੂੰ ਸਾਂਭੋ, ਉਹ ਜਗ੍ਹਾ ਬਾਬਾ ਜੀ ਦਾ ਜਨਮ ਸਥਾਨ ਹੈ। ਇੱਕ ਦਿਨ ਜਾਂਦਿਆਂ ਦਾ ਫੁਰਨਾ ਬਣ ਗਿਆ, ਮੈਂ ਕਿਹਾ ਚਲੋ ਬਈ ਅੱਜ ਹੀ ਚੱਲਦੇ ਹਾਂ। ਇਹਨੇ ਗੁਰਮੁਖ ਪਿਆਰੇ ਨੇ ਭਾਈ ਮੋਹਨ ਸਿਉ ਨੇ ਉਹ ਕਾਗਜ਼ ਜਿਹਾ ਲਿਖ ਕੇ ਫੜਾ ਦਿੱਤਾ ਸਾਨੂੰ, ਅਤੇ ਸਾਡਾ ਫਿਰ ਬਾਬਾ ਜੀ ਨੇ ਫੁਰਨਾ ਬਣਾ ਦਿੱਤਾ। ਅੱਗੇ ਹਰੇਕ ਸਾਲ ਬਾਹਰਲੇ ਮੁਲਕ ਚਲੇ ਜਾਂਦੇ ਸੀ, ਅਤੇ ਇੱਕੀ ਕਰੋਨੇ ਨੇ ਫਿਰ ਕਿਸੇ ਨੂੰ ਜਾਣ ਵੀ ਨਹੀਂ ਦਿੱਤਾ, ਆਹ ਬਾਬਾ ਜੀ ਦਾ ਸਥਾਨ ਬਣਨਾ ਸੀ। ਇਸ ਲਈ ਗੁਰਮੁਖ ਪਿਆਰੋ ਜਿਹੜੇ ਤਾਗੜੇ ਹੋ ਕੇ ਸੇਵਾ ਕਰਨਗੇ, ਬਾਬਾ ਜੀ ਨੇ ਉਹਨਾਂ ਨੂੰ ਕੁਛ ਨਹੀਂ ਹੋਣ ਦੇਣਾ। ਇਹ ਸੇਵਾ ਸਿਮਰਨ ਐਡੀ ਵੱਡੀ ਚੀਜ਼ ਹੈ, ਸੇਵਾ ਵੱਡੀ ਚੀਜ਼ ਹੈ। ਅਤੇ ਇਸ ਤਰ੍ਹਾਂ ਕਾਫੀ ਸੰਗੀ ਸਾਥੀ ਸਾਡੇ ਬਾਬਾ ਕਰਨੈਣ ਸਿੰਘ ਹੋਣੀ, ਦੇਖ ਲਓ ਜਦੋਂ ਤੋਂ ਇਹ ਨਿਉਂ ਰੱਖੀ ਹੈ, ਗੁਰਦੁਆਰਾ ਸ਼ੁਰੂ ਹੋਇਆ ਕਿੰਨੇ ਮਹਾਂਪੁਰਸ਼ ਆਏ ਸੀ, ਉਦੋਂ ਤੋਂ ਲੈ ਕੇ ਬਾਬਾ ਕਰਨੈਣ ਸਿੰਘ ਹੋਣੀ 13 ਮੰਜ਼ਲੇ ਸਥਾਨ ਤੋਂ ਹਰ ਰੋਜ਼ ਇੱਥੇ ਆਉਂਦੇ ਹੈ, ਨਿਗਰਾਨੀ ਰੱਖਦੇ ਹੈ, ਪੂਰਾ ਧਿਆਨ ਰੱਖਦੇ ਹੈ। ਇਹਨਾਂ ਦੇ ਧਿਆਨ ਰੱਖਣ ਦੇ ਨਾਲ ਅਸੀਂ ਬਹੁਤ ਬੇਫਿਕਰ ਹਾਂ, ਸਾਨੂੰ ਬੜਾ ਇਹਨਾਂ ਦਾ ਬਹੁਤ ਵੱਡਾ, ਇੱਕ ਜਿਵੇਂ ਕਹਿੰਦੇ ਆ ਵੱਡੇ ਬੰਦੇ ਦਾ ਆਸਰਾ ਹੁੰਦਾ, ਅਤੇ ਇਸ ਤਰ੍ਹਾਂ ਭਾਈ ਇਹਨਾਂ ਦੀ ਬਹੁਤ ਮਹਾਨ ਸੇਵਾ ਹੈ। ਹੋਰ ਵੀ ਸਾਰੇ ਸੰਗੀ ਸਾਥੀ ਸਾਰੇ ਸੇਵਾ ਕਰਦੇ ਹੈ। ਬਾਬਾ ਜੀ ਕਹਿੰਦੇ ਸੀ ਇਹ ਭਾਗਾਂ ਵਾਲਿਆਂ ਦੇ ਹਿੱਸੇ ਵਿੱਚ ਆਉਂਦੀ ਹੈ, ਹੁਣ ਲੈਕਰ ਪੈ ਗਿਆ, ਤੁਸੀਂ ਸਾਰਿਆਂ ਨੇ ਲੰਗਰ ਵੀ ਛਕ ਲਿਆ, ਦੇਗਾਂ ਪ੍ਰਸ਼ਾਦ ਸਮੋਸੇ ਇੱਥੇ ਬੈਠ ਕੇ ਸਾਰਿਆਂ ਨੇ ਲੰਗਰ ਪਾਣੀ ਲੈ ਕੇ ਫੇਰ ਜਾਣਾ ਹੈ। ਅਗਲਾ ਲੈਕਰ ਜਦੋਂ ਬਾਬਾ ਜੀ ਹੁਕਮ ਕਰਨਗੇ ਫੇਰ ਹੋਜੂ, ਇਹ ਤਾਂ ਆਪਾਂ 2 ਮਹੀਨੇ ਪਹਿਲਾਂ ਹੀ ਕਰ ਦੇਣਾ ਸੀ। ਸਾਨੂੰ ਜਿਹੜੇ ਆ ਕਾਲ ਵਾਲੇ ਬੰਦੇ ਆ ਨਾ, ਇਹਨਾਂ ਨੇ ਬਹੁਤ ਹੈਰਾਨ ਕੀਤਾ, 2 ਮਹੀਨੇ ਪਛੜਾ ਦਿੱਤਾ, ਉਹਨੂੰ ਤਾਂ ਹੋਰ ਹੀ ਕੁਝ ਬਣ ਜਾਣਾ ਸੀ ਇੱਥੇ। ਅਤੇ ਇਸ ਤਰ੍ਹਾਂ ਭਾਈ ਤਾਂ ਪਛੜ ਗਏ, ਬਾਬਾ ਜੀ ਮਿਹਰ ਕਰਨਗੇ। 2022 ਵਿੱਚ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦਾ 100 ਸਾਲ ਦਾ ਜਨਮ ਦਿਨ ਆ ਰਿਹਾ, 100 ਸਾਲਾਂ ਉਦੋਂ ਇੱਥੇ ਸਾਡਾ ਫੁੱਲ ਹੈ, ਬਾਬਾ ਜੀ ਨੇ ਮਿਹਰ ਕਰਤੀ ਇੱਥੇ ਖੰਡ ਪਾਠ ਰੱਖਾਂਗੇ। ਅਤੇ ਇਸ ਤਰ੍ਹਾਂ ਭਾਈ ਜਿੰਨੀਆਂ ਵੀ ਸੰਗਤਾਂ ਸਾਡੇ ਮਿਸਤਰੀ ਠੇਕੇਦਾਰ ਭਾਈ ਅਮਰਜੀਤ ਸਿੰਘ, ਸਾਡੇ ਠੇਕੇਦਾਰ ਦਾਨ ਸਰ ਤੋਂ ਵੀ ਆਏ ਹੈ,
ਹਰਪ੍ਰੀਤ ਸਿੰਘ, ਇੱਕ ਹਰਪ੍ਰੀਤ ਸਿੰਘ ਸਾਡੇ ਸਕੂਲ ਤੋਂ ਅਤੇ ਇਸ ਰਾਏਕੋਟ ਤੋਂ, ਉਹ ਇੱਥੇ ਦਾ ਧਿਆਨ ਰੱਖਦੇ ਆ ਸਾਰਿਆਂ ਨੂੰ। ਸਾਡੇ ਹਰਵਾਲ ਸਿੰਘ ਸੈਕਟਰੀ ਅਤੇ ਸਾਰੇ ਭਾਈ ਬੰਦੇ, ਸਾਰੀਆਂ ਸੰਗਤਾਂ, ਵੱਡੇ ਭਾਗਾਂ ਵਾਲੇ ਹੋ, ਜਿੰਨੇ ਵੀ ਪਿੰਡ ਵਾਲੇ ਹੋ, ਪਿੰਡ ਵਾਲੇ ਤੁਹਾਨੂੰ ਬਹੁਤ ਵੱਡਾ ਮਾਣ ਹੋਣਾ ਚਾਹੀਦਾ। ਆਹ ਅਸੀਂ ਸਾਡੇ ਸਾਹਮਣੇ ਭਾਈ ਇੱਕ ਸਕੂਟਰ 'ਤੇ ਖੜ੍ਹਾ ਹੈ ਮੰਤਰੀ, ਅਸੀਂ ਇਹਨੂੰ ਬੜਾ ਭਜਾਇਆ, ਏਡਾ ਤੇਜ਼ ਬੰਦਾ ਹੈ, ਮਿੰਟਾਂ ਵੀ ਜਿੱਥੇ ਭੇਜ ਕੇ ਮੋਟਰਸਾਈਕਲ 'ਤੇ ਲੱਤ ਦੀ ਮਾਰਦਾ ਮਿੰਟ 'ਚ ਜਾ ਬਣਦਾ। ਮੈਂ ਕਿਹਾ ਦੇਖੋ ਬਾਬਾ ਜੀ ਨੇ ਕਿੰਨੀਆਂ ਤਾਕਤਾਂ ਬਖਸ਼ੀਆਂ। ਜਿਹਨੂੰ ਇਹ ਪਰਿਵਾਰ ਵੀ ਸੰਤ ਸੇਵੀ ਹੈ, ਸਾਰਾ ਪਰਿਵਾਰ ਹੀ। ਜਦੋਂ ਆਪਾਂ ਬਾਬਾ ਜੀ ਦਾ ਜਨਮ ਦਿਨ ਸ਼ੁਰੂ ਕੀਤਾ ਝੋਰੜੀ, ਆ ਵਾਹਿਗੁਰੂ ਮਾਣੂ ਕੀ ਗੁਰਦੁਆਰੇ, ਇਸ ਪਰਿਵਾਰ ਦੀ ਬਹੁਤ ਤਕੜੀ ਸੇਵਾ ਹੈ ਅਤੇ ਉੱਥੇ ਸੇਵਾ ਬੜੀ ਕਰਦੇ ਰਹੇ ਹੈ ਅਤੇ ਹਰ ਸਾਲ ਕਰਦੇ ਹੈ। ਸਾਡੇ ਇੱਥੋਂ ਦੇ ਭਾਈ ਜੋੜਾ ਤੋਂ ਹੋਣੀ, ਹੋਰ ਵੀ ਕਈ ਘਰ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ, ਸਾਰੇ ਘਰ ਸੇਵਾ ਕਰਦੇ ਹੈ। ਕਹਿਣਗੇ ਬਾਬਾ ਜੀ ਸਾਨੂੰ ਸੇਵਾ ਦੱਸੋ, ਸਾਨੂੰ ਸੇਵਾ ਦੱਸੋ। ਅਤੇ ਇਸ ਤਰ੍ਹਾਂ ਭਾਈ ਇਹ ਸੇਵਾ ਭਾਗਾ ਵਾਲਿਆਂ ਦੇ ਹਿੱਸੇ ਵਿੱਚ ਆਉਂਦੀ ਹੈ ਅਤੇ ਸਰਪੰਚ ਸਾਹਿਬ ਵੀ ਗੁਰਮੁਖ ਦਿਓ, ਉਹ ਵੀ ਭਾਈ ਸੇਵਾ ਦੇ ਪਹੁੰਚਿਆ, ਪਿੰਡ ਦੀ ਬੜੀ ਸੇਵਾ ਕਰਦੇ ਆ। ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਖੜਕੇ ਵਾਲੇ ਨੇ ਵੀ ਹੁਣ ਖੜਕਾ ਬੰਦ ਕੀਤਾ, ਸਾਨੂੰ ਤਾਂ ਆਪਣੇ ਆਪ ਨੂੰ ਪਤਾ ਲੱਗਦਾ ਕੀ ਬੋਲੀ ਜਾਂਦੇ ਹਾਂ। ਅਤੇ ਇਸ ਤਰ੍ਹਾਂ ਭਾਈ ਚਲੋ ਇਹਨਾਂ ਨੇ ਵੀ ਆਪਣਾ ਕੰਮ ਨਿਬੇੜ ਦਿੱਤਾ। ਦੇਖੋ ਪੂਰੇ 13 ਕਹਿੰਦੇ ਲੋ 1:00 8:40 'ਤੇ ਸ਼ੁਰੂ ਕੀਤਾ ਸੀ ਮਸ਼ੀਨਾਂ, ਪੂਰੇ 1:00 ਨੂੰ ਲਾਈਟਰ ਪੈ ਗਿਆ ਸਾਰੇ। ਕਿੱਡੀ ਬਾਬਾ ਜੀ ਨੇ ਮਿਹਰ ਕੀਤੀ ਹੈ। ਅਤੇ ਇਸ ਤਰ੍ਹਾਂ ਗੁਰੂ ਪਿਆਰੋ ਤਗੜੇ ਰਿਹਾ ਕਰੋ, ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਨਸ਼ਿਆਂ ਤੋਂ ਬਚਣਾ ਅਤੇ ਮਾੜੇ ਲੋਕਾਂ ਤੋਂ ਬਚਣਾ। ਭਾਗਾਂ ਵਾਲਿਓ ਸਾਰੀ ਸੰਗਤ, ਅਸੀਂ ਹੁਣ ਸਮਾਪਤੀ ਕਰਦੇ ਹਾਂ ਅਤੇ ਜਿੰਨੇ ਸਾਡੇ ਢਾਡੀ ਕਵੀ ਸਰ ਸਰਦਾਰ ਜਮੇਰ ਸਿੰਘ ਹੋਣੀ, ਭੋਲਾ ਸਿੰਘ ਹੋਣੀ, ਇਹਨਾਂ ਨੂੰ ਤੜਕੇ ਕਿਹਾ ਭਾਈ ਕੁਲਵੰਤ ਆਪਣੇ ਮਾਣੂ ਕਿਆਲੇ, ਮੈਂ ਕਿਹਾ ਵੀ ਤੁਸੀਂ ਆ ਕੇ ਇੱਥੇ ਬੋਲਿਓ। ਅਤੇ ਇਸ ਤਰ੍ਹਾਂ ਭਾਈ ਸਾਰੇ ਭਾਗਾਂ ਵਾਲਿਓ ਅਸੀਂ ਹੁਣ ਸਮਾਪਤੀ ਕਰਦੇ ਹਾਂ। ਸਾਰਿਆਂ ਨੇ ਪ੍ਰਸ਼ਾਦ ਲੈ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਾਬਾ ਜੋਗਾ ਸਿੰਘ ਹੋਣੀ, ਬਾਬਾ ਅਮਰ ਸ਼ਹੀਦ ਬਾਬਾ ਜੰਗ ਸਿੰਘ ਜੀ ਕਰਨਾਲ, ਉਹਨਾਂ ਦੇ ਸੇਵਾਦਾਰ, ਮੁੱਖ ਸੇਵਾਦਾਰ, ਉਹ 2-4 ਮਿੰਟ ਤੁਹਾਨੂੰ ਕੋਈ ਬਚਨ ਸੁਣਾਉਂਗੇ। ਅਕਸਰ ਤੀਰਥ ਜੈ ਸਾਧ ਭਗਤ ਹੈ, ਤਾਂ ਬਕੁੰਠ ਜੈ ਨਾਮ ਉਚਰੈ। 18 ਤੀਰਥਾਂ ਦਾ ਕਹਿੰਦੇ ਨੇ ਫਲ ਉੱਥੇ ਆ ਜਾਂਦਾ ਜਿੱਥੇ ਕੋਈ ਮਹਾਂਪੁਰਖ ਆਪਣੇ ਚਰਨ ਟਿਕਾਵੇ, ਔਰ ਜਿੱਥੇ ਬੈਠ ਕੇ ਮਹਾਂਪੁਰਖ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਉਹ ਬਕੁੰਠ ਦੀ ਨਿਆਂ ਜਗ੍ਹਾ ਬਣ ਜਾਂਦੀ ਹੈ। ਸੋ ਇਹ ਪਵਿੱਤਰ ਧਰਤੀ ਮਾਣੂ ਕੇ ਨਗਰ, ਧੰਨ ਧੰਨ ਬਾਬਾ ਨਰੈਣ ਸਿੰਘ ਜੀ ਮਹਾਂਪੁਰਸ਼, ਜਿਨ੍ਹਾਂ ਨੇ ਇਸ ਧਰਤੀ ਤੇ ਇਸ ਜਗ੍ਹਾ ਤੇ ਅਵਤਾਰ ਧਾਰ ਕੇ ਮਹਾਨ ਧੰਨ ਧੰਨ ਬਾਬਾ ਈਸ਼ਵਰ ਸਿੰਘ ਜੀ ਦੀਆਂ ਸੇਵਾਵਾਂ ਵਿੱਚ ਇੰਨੀਆਂ ਵੱਡੀਆਂ ਬੁਲੰਦੀਆਂ, ਇੰਨੀਆਂ ਵੱਡੀਆਂ ਸੇਵਾਵਾਂ ਕੀਤੀਆਂ, ਅੱਜ ਨਗਰ ਦਾ ਨਾਂ ਸਾਰੀ ਦੁਨੀਆਂ ਉੱਤੇ
ਚਮਕ ਰਿਹਾ ਹੈ ਕਿਉਂਕਿ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਬੀਰ ਸੋਈ ਮੁਖ ਧਨ ਹੈ ਜੈ ਮੁਖ ਕਹੀਏ ਰਾਮ ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏਗਾ ਗ੍ਰਾਮ। ਇਹ ਨਗਰ ਪਵਿੱਤਰ ਨਗਰ ਹੈ ਜਿਸ ਨਗਰ ਵਿੱਚ ਐਡੇ ਵੱਡੇ ਮਹਾਂਪੁਰਖਾਂ ਨੇ ਆਪਣਾ ਅਵਤਾਰ ਧਾਰਿਆ ਔਰ ਅੱਜ ਧੰਨ ਧੰਨ ਬਾਬਾ ਨਰੈਣ ਸਿੰਘ ਜੀ ਮਹਾਂਪੁਰਸ਼ਾਂ ਦੇ ਉਹ ਮਹਾਨ ਸੰਤ ਸੇਵਕ ਸ਼੍ਰੀਮਾਨ ਸੰਤ ਬਾਬਾ ਕਾਲਾ ਸਿੰਘ ਜੀ ਜਿਨ੍ਹਾਂ ਨੇ ਅੱਜ ਥੋੜਾ ਸਮਾਂ ਪਹਿਲਾਂ ਹੀ ਸਾਰੇ ਮਹਾਂਪੁਰਖ ਅਸੀਂ ਵੀ ਉਸ ਦਿਨ ਹਾਜ਼ਰੀ ਭਰੀ ਇੱਥੇ ਨੀਂਹ ਪੱਥਰ ਸ਼ੁਰੂ ਹੋਇਆ ਤੇ ਸੰਗਤ ਜੀ ਦਿਨਾਂ ਵਿੱਚ ਹੀ ਅੱਜ ਵੇਖੋ ਕਿੰਨਾ ਸੁੰਦਰ ਸਥਾਨ ਔਰ ਇਸ ਨਗਰ ਵਿੱਚ ਕਿੰਨੇ ਵੱਡੇ ਜਪ ਤਪ ਹੋਣਗੇ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹੋਣਗੇ ਔਰ ਆਪਾਂ ਰੋਜ਼ ਇੱਥੇ ਨਮਸਕਾਰਾਂ ਕਰਾਂਗੇ ਰੋਜ਼ ਇੱਥੋਂ ਬਾਣੀ ਦੀਆਂ ਲਹਿਰਾਂ ਚੱਲਣਗੀਆਂ ਕਿਉਂਕਿ ਮਹਾਰਾਜ ਕਹਿੰਦੇ ਨੇ ਮੁਗਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬਕੁੰਡ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਇੱਥੇ ਸ਼ਰਧਾ ਬਣੇਗੀ ਭਾਵਨਾ ਬਣੇਗੀ ਕੀਰਤਨ ਹੋਣਗੇ ਔਰ ਸਤਿਗੁਰੂ ਦੀ ਬਾਣੀ ਦੇ ਵੱਡੇ ਵੱਡੇ ਜਪ ਤਪ ਹੋਣਗੇ ਦੂਰੋਂ ਦੂਰੋਂ ਮਹਾਂਪੁਰਖ ਗੁਰੂ ਕੇ ਕੀਰਤਨੀ ਆਉਣਗੇ ਕੈਸਾ ਦ੍ਰਿਸ਼ ਬਣੇਗਾ ਆਉਣ ਵਾਲੇ ਸਮਿਆਂ ਵਿੱਚ। ਇਹ ਸੰਗਤ ਜੀ ਇਹ ਦੇਣ ਕਿਹਦੀ ਹੈ ਸ਼੍ਰੀਮਾਨ ਸੰਤ ਬਾਬਾ ਕਾਲਾ ਸਿੰਘ ਮਹਾਰਾਜ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਨਗਰ ਨੂੰ ਬਹੁਤ ਵੱਡੀ ਦੇਣ ਦੇ ਦਿੱਤੀ ਹੈ। ਇਹੀ ਜਗ੍ਹਾ ਹੈ ਜਿੱਥੋਂ ਆਪਾਂ ਰੋਜ਼ ਲੰਘਦੇ ਸੀ ਆਉਣ ਵਾਲੇ ਸਮੇਂ ਜਦੋਂ ਇੱਥੋਂ ਨਿਕਲਾਂਗੇ ਤੇ ਸਾਡਾ ਸੀਸ ਝੁਕੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਸਤਿਗੁਰੂ ਹੋਣਗੇ ਇੱਥੇ ਬਾਣੀ ਦੇ ਪ੍ਰਵਾਹ ਚੱਲਣਗੇ ਫਿਰ ਵੱਡੇ ਵੱਡੇ ਜੋੜ ਮੇਲੇ ਲੱਗਣਗੇ ਕਥਾ ਕੀਰਤਨ ਗੁਰੂ ਕੇ ਲੰਗਰ ਵਰਤਣਗੇ। ਸੋ ਮਹਾਂਪੁਰਖ ਆਉਣ ਵਾਲੇ ਸਮੇਂ ਨੂੰ ਇਵੇਂ ਪ੍ਰਗਟ ਕਰਦੇ ਇਹ ਧਰਤੀ ਪ੍ਰਗਟ ਇਹ ਜਗ੍ਹਾ ਪ੍ਰਗਟ ਹੋ ਰਹੀ ਹੈ ਪਵਿੱਤਰ ਜਗ੍ਹਾ ਹੈ ਇੱਥੋਂ ਸਭ ਦੀਆਂ ਆਸਾਂ ਪੂਰੀਆਂ ਹੋਣਗੀਆਂ ਸਭ ਦੀਆਂ ਮਨਸਾਂ ਪੂਰੀਆਂ ਹੋਣਗੀਆਂ। ਸੋ ਆਪਾਂ ਸਾਰਾ ਨਗਰ ਬੜੇ ਵੱਡੇ ਭਾਗਾਂ ਵਾਲਾ ਹੈ ਜਿਨ੍ਹਾਂ ਨੂੰ ਇਹ ਸੇਵਾ ਦਾ ਮੌਕਾ ਮਿਲਿਆ ਹੈ ਤੇ ਭਾਗਾਂ ਵਾਲੇ ਆ ਕਿਉਂਕਿ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕੋ ਨਾਨਕ ਬਾਹ ਲੜਾਈਏ। ਇਹ ਸੇਵਾ ਦਾ ਮੌਕਾ ਬੜੇ ਭਾਗਾਂ ਨਾਲ ਮਿਲਦਾ ਹੈ ਸਾਰੇ ਵੱਧ ਚੜ ਕੇ ਇਹ ਸਮਾਂ ਹੀ ਹੈ ਸਥਾਨ ਨੇ ਥੋੜੇ ਸਮੇਂ ਵਿੱਚ ਬਾਬਾ ਜੀ ਨੇ ਕਿਸੇ ਦੀ ਮੰਗ ਨਹੀਂ ਕਰਨੀ ਨਾ ਹੀ ਕੋਈ ਮੰਗ ਕਰਦੇ ਹੈ ਕਿਰਪਾ ਬਹੁਤ ਵੱਡੀ ਜਿਸ ਕਾਰਜ ਨੂੰ ਬਾਬਾ ਕਾਲਾ ਸਿੰਘ ਮਹਾਰਾਜ ਸ਼ੁਰੂ ਕਰ ਦਿੰਦੇ ਨੇ ਉਹ ਦਿਨਾਂ ਵਿੱਚ ਹੀ ਤਿਆਰ ਪ੍ਰਤਿਆਰ ਹੋ ਜਾਂਦਾ ਹੈ। ਦਾਸ ਕਰਨਾਲ ਜੀ ਟੀ ਰੋਡ ਤੇ ਸਥਾਨ ਹੈ ਜਿੱਥੇ ਸੰਗਤਾਂ ਦਿੱਲੀ ਨੂੰ ਜਾਂਦੀਆਂ ਹਰ ਵੇਲੇ ਰੁਕਦੀਆਂ ਨੇ ਉੱਥੇ ਬਾਰਿਸ਼ ਪੈ ਰਹੀ ਸੀ ਸ਼ਹੀਦ ਬਾਬਾ ਜੰਗ ਸਿੰਘ ਦਾ ਜੋੜ ਵੇਲਾ ਸੀ ਮਹਾਂਪੁਰਸ਼ ਬੈਠੇ ਸਨ ਹਵਾ ਵੀ ਬੜੀ ਤੇਜ਼ ਚੱਲ ਰਹੀ ਸੀ ਪੰਡਾਲ ਉੱਡ ਰਿਹਾ ਸੀ ਬਾਬਾ ਜੀ ਦਾ ਸਮਾਂ ਆਇਆ ਮੈਂ ਫੜ ਕੇ ਬਾਬਾ ਜੀ ਬੋਲੇ ਕਹਿਣ ਲੱਗੇ ਬਈ ਸਾਡੇ ਨਾਨਕ ਸਰ ਦੇ ਏਡੇ ਵੱਡੇ ਸ਼ਹੀਦ ਬਾਬਾ ਜੰਗ ਸਿੰਘ ਜੀ ਔਰ ਆ ਹਵਾ ਤੇ ਬਾਰਿਸ਼ ਨਾਲ ਤੰਬੂ ਕਨਾਤਾ ਉੱਡ ਰਹੇ ਨੇ ਬਾਬਾ ਜੀ ਮਿਹਰ ਕਰਨ ਆਪਾਂ ਆਉਣ ਵਾਲਾ ਸਮਾਗਮ ਜਿਹੜਾ ਨਾ ਉਹ ਪੰਡਾਲ ਵਿੱਚ ਸੁੰਦਰ ਹਾਲ ਤਿਆਰ ਕਰਕੇ ਉਹਦੇ ਵਿੱਚ ਮਨਾਉਣਾ ਹੈ। ਤੇ ਸੰਗਤ ਜੀ ਸੂਰ ਵੀਰ ਬਚਨ ਕੇ ਬਲੀ ਬਚਨ ਕਾ ਬਲੀ ਹੋਣਾ ਬਹੁਤ ਔਖਾ ਹੈ ਕੋਈ ਵਿਰਲਾ ਹੀ ਜਿਹੜਾ ਬਚਨ ਕਰਕੇ ਉਹਦੇ ਤੇ ਪੂਰਾ ਉਤਰਦਾ ਹੈ ਜੈ ਕਰਨੀ ਤਾਂ ਪੂਰੀ ਮਤ ਕਰਨੀ ਬਾਜੋ ਘੱਟੇ ਘੱਟ ਕਰਨੀ ਪ੍ਰਧਾਨ ਹੈ ਇੱਥੇ ਕੱਲੀ ਕਥਨੀ ਗੱਲਾਂ ਕਰਨ ਨਾਲ ਕੋਈ ਪੂਰਾ ਨਹੀਂ ਹੋ ਸਕਦਾ ਇੱਥੇ ਕਰਨੀ ਪ੍ਰਧਾਨ ਹੈ। ਤੇ 2 ਮਹੀਨੇ ਪਹਿਲਾਂ ਬਾਬਾ ਜੀ ਨੇ ਉੱਥੇ ਜਾ ਕੇ ਸਾਰੀ ਜਗ੍ਹਾ ਵੇਖੀ ਬਹੁਤ ਵੱਡਾ ਇੱਕ ਦੀਵਾਨ ਹਾਲ ਬਾਬਾ ਜੀ ਨੇ 1 ਮਹੀਨਾ 12ਵੇਂ ਦਿਨ 13ਵੇਂ ਦਿਨ ਮਿਸਤਰੀਆਂ ਨੂੰ ਛੁੱਟੀ ਮਿਲੀ 1 ਮਹੀਨਾ 13 ਦਿਨ ਵਿੱਚ
ਬਹੁਤ ਵੱਡਾ ਸੁੰਦਰ ਪੰਡਾਲ ਤਿਆਰ ਕੀਤਾ ਤੇ 20 ਕੁ ਦਿਨ ਬਾਅਦ ਜੋੜ ਮੇਲਾ ਸੀ। ਸੰਗਤਾਂ ਸਾਨੂੰ 3 ਕੁ ਮਹੀਨੇ ਪਹਿਲਾਂ ਪੁੱਛਦੀਆਂ ਨੇ, ਬਾਬਾ ਜੀ ਕਹਿੰਦੇ ਇੱਥੇ ਦੀਵਾਨ ਹਾਲ ਬਣੇਗਾ। ਤੇ ਜਦੋਂ 2 ਮਹੀਨਿਆਂ ਬਾਅਦ ਸੰਗਤਾਂ ਆਈਆਂ ਨਾ, ਵੇਖ ਕੇ ਸਾਰੇ ਹੈਰਾਨ, ਬਾਬਾ ਜੀ ਏਡਾ ਵੱਡਾ ਦੀਵਾਨ ਕਦੋਂ ਬਣ ਗਿਆ ਹੈ, ਇਹ ਐ ਲੱਗਦਾ ਜਿਵੇਂ ਰਾਤੋਂ ਰਾਤ ਹੀ ਬਣ ਗਿਆ। ਸੋ ਐਸੀਆਂ ਬਖਸ਼ਿਸ਼ਾਂ ਕਰਾ ਮਾਤਾ ਮਹਾਂਪੁਰਖਾਂ ਦੇ, ਕਿਉਂਕਿ 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ, ਇਹਨਾਂ ਦੇ ਵਿੱਚ ਰੱਬ ਵਸਦਾ। ਸੋ ਮੈਂ ਇੰਨੇ ਸ਼ਬਦਾਂ ਨਾਲ ਮਹਾਂਪੁਰਖਾਂ ਨੂੰ ਔਰ ਇਲਾਕੇ ਦੀਆਂ ਸੰਗਤਾਂ ਨੂੰ, ਇਸ ਪਿੰਡ ਨੂੰ, ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਫਤਿਹ ਦੀ ਸਾਂਝ ਕਰਦਾ। ਬਾਬਾ ਜੀ ਦਾ 100 ਸਾਲ ਆ ਰਿਹਾ 22 ਵਿੱਚ, ਔਰ ਮਹਾਂਪੁਰਸ਼ਾਂ ਨੇ ਹੁਣੇ ਬਚਨ ਕਰ ਦਿੱਤੇ ਨੇ ਤੇ ਸੰਗਤ ਜੀ ਹੁਣ ਆਪਾਂ ਕਮਰ ਕਿਸੇ ਲਾ ਕੇ, ਕੋਈ ਬਹੁਤਾ ਲੰਮਾ ਸਮਾਂ ਨਹੀਂ, ਮੇਰੇ ਖਿਆਲ 5ਵਾਂ ਮਹੀਨਾ ਚੱਲ ਰਿਹਾ, ਗਿਣਤੀ ਮਿਣਤੀ ਦੇ ਦਿਨ ਨੇ, ਤੇ ਬਾਬਾ ਜੀ ਦਾ ਫੁਰਨਾ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਇੱਥੇ ਮਨਾਉਣਾ ਹੈ। ਸੋ ਸਾਰੇ ਇੱਕ ਵਾਰੀ ਜਕਾਰੇ ਦੀ ਸਾਂਝ ਪਾ ਕੇ ਸਾਨੂੰ ਸਬੂਤ ਦਿਓ ਵੀ ਬਾਬਾ ਜੀ ਦਾ ਪੂਰਾ ਸਹਿਯੋਗ ਕਰਕੇ ਮਹਾਂਪੁਰਖਾਂ ਨੂੰ ਬਚਨਾਂ ਤੇ ਫੁੱਲ ਚੜਾ ਦਈਏ। ਬਾਬਾ ਜੀ ਦਾ 100 ਸਾਲਾ ਇੱਥੇ ਧੂਮ ਧਾਮ ਨਾਲ ਸੁੰਦਰ ਤਿਆਰੀ ਕਰਕੇ ਬਾਬਾ ਜੀ ਨੇ ਕਰਨਾ, ਕੋਈ ਲੰਮਾ ਸਮਾਂ ਨਹੀਂ ਲੱਗਣ ਦੇਣਾ। ਸੋ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਜੀ ਆਇਆਂ ਨੂੰ, ਭਾਈ ਆਗਿਆਪਾਲ ਸਿੰਘ ਜੀ ਆਏ ਨੇ, ਸਾਡੇ ਸੈਕਟਰੀ ਸਾਹਿਬ, ਸਾਰੇ ਨਗਰ ਦੇ ਪੰਚ ਸਰਪੰਚ, ਸਾਰੀਆਂ ਪੰਚਾਇਤਾਂ ਨੂੰ, ਭਾਈ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।